ਆਜ਼ਾਦੀ ਸੰਗਰਾਮ ਦੀਆਂ ਵੱਖ ਵੱਖ ਲਹਿਰਾਂ, ਪੰਜਾਬੀਆਂ ਦੀ ਬਹਾਦਰੀ ਦੀਆਂ ਮੂੰਹ ਬੋਲਦੀਆਂ ਤਸਵੀਰਾਂ, ਪੰਜਾਬੀਆਂ ਦੇ ਖੂਨ ਨਾਲ ਰੰਗੇ ਹੋਏ ਇਤਿਹਾਸ ਦੇ ਪੰਨੇ ਨੁਮਾਇਸ਼ੀ ਗੈਲਰੀਆਂ ਹੋਣਗੀਆਂ। ਓਪਨ ਏਅਰ ਥੀਏਟਰ ਹੋਏਗਾ। ਆਜ਼ਾਦੀ ਸੰਗਰਾਮ ਨੂੰ ਪਰਦੇ ਉੱਤੇ ਸਾਕਾਰ ਕਰਨ ਲਈ ਬਣਾਈ ਜਾ ਰਹੀ ਫਿਲਮ ਦਿਖਾਉਣ ਵਾਸਤੇ ਸਿਨੇਮਾ ਹਾਲ ਹੋਏਗਾ। ਪੰਜਾਬ ਜੰਗੇ ਆਜ਼ਾਦੀ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਮਾਣਯੋਗ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਸਰਪ੍ਰਸਤੀ ਹੇਠ ਤਿਆਰ ਕੀਤੀ ਜਾ ਰਹੀ ਇਹ ਬੇਮਿਸਾਲ ਯਾਦਗਾਰ ਅਜੋਕੇ ਪੰਜਾਬ ਦੀ ਮਾਣਮਤੀ ਪ੍ਰਾਪਤੀ ਹੋਏਗੀ। ਐਮਪੀ ਥੀਏਟਰ ਔਰ ਵੱਖ ਵੱਖ ਲਹਿਰਾਂ ਦਾ ਇਤਿਹਾਸ ਉਹਨਾਂ ਗੈਲਰੀਆਂ ਦੇ ਵਿੱਚ ਦਿਖਾਇਆ ਜਾਏਗਾ। ਕੀ ਹੈ ਕਿ ਜ਼ੋਰਦਾਰ ਤਾੜੀਆਂ ਦੇ ਨਾਲ ਸ਼ਮੂਲੀਅਤ ਜ਼ਰੂਰ ਕਰਿਆ ਕਰੋ। ਸ਼੍ਰੀ ਸ਼ਾਂਤਾ ਕੁਮਾਰ ਜੀ ਤੋਂ ਬਾਅਦ ਮੈਂ ਬੇਨਤੀ ਕਰਾਂ। ਡਾਕਟਰ ਹਰੀਸ਼ ਸ਼ਰਮਾ ਜੀ, ਡਾਕਟਰ ਬਲਜਿੰਦਰ ਸਿੰਘ ਹਮਦਰਦ ਸਾਹਿਬ ਨੂੰ ਬੇਨਤੀ ਹੈ ਕਿ ਉਹ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਤਾੜੀਆਂ ਦੀ ਗੂੰਜ ਦੇ ਨਾਲ ਸਵਾਗਤ ਹੋਣਾ ਚਾਹੀਦਾ, ਕਿਉਂਕਿ ਬਹੁਤ ਵੱਡੀ ਮਿਹਨਤ ਇਹਨਾਂ ਸਾਰੀਆਂ ਸ਼ਖਸੀਅਤਾਂ ਨੇ ਰੂਪ ਰੇਖਾ ਉਲੀਕਣ ਦੇ ਵਿੱਚ ਕੀਤੀ ਹੈ। ਜਿਸ ਤਰ੍ਹਾਂ ਹੁਣ ਹਮਦਰਦ ਸਾਹਿਬ ਨੇ ਜ਼ਿਕਰ ਕੀਤਾ ਸੀ ਕਿ ਅੱਜ ਉਚੇਚੇ ਤੌਰ ਤੇ ਫਿਲਮ ਜਗਤ ਤੋਂ ਬਹੁਤ ਵੱਡੇ ਸਵਾਗਤ ਕੀਤਾ ਜਾਵੇ ਸ਼ਿਆਮ ਬੈਨੇਗਲ ਸਾਹਿਬ। ਇਹਨਾਂ ਦੀਆਂ ਮਹਾਨ ਫਿਲਮਾਂ ਜਿਹਨਾਂ ਨੂੰ ਦੁਨੀਆ ਭਰ ਦੇ ਵਿੱਚ ਪਸੰਦ ਕੀਤਾ ਗਿਆ, ਅੰਕ, ਨਿਸ਼ਾਨ, ਮੰਥਨ, ਭੂਮਿਕਾ, ਔਰ ਇਸ ਤੋਂ ਸਰਕਾਰ ਯੋਗ ਸੰਤ ਬਾਬਾ